ਅਸੀਂ ਤੇ ਕਹਿੰਦੇ ਆ ਮੇਰੀ ਜ਼ਿੰਦਗੀ 'ਚ ਕੰਡੇ ਨਾ ਆਉਣ, ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ। ਮੈਂ ਤਾਂ ਬਾਣੀ ਪੜ੍ਹ ਰਿਹਾ, ਇੰਨੇ ਪਾਠ ਜਪਜੀ ਸਾਹਿਬ ਦੇ ਕਰਦਾ, ਇੰਨੇ ਪਾਠ ਮੈਂ ਕਰਦਾ, ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ। ਪਰ ਮੈਂ ਇਹ ਸਮਝਦਾ ਭਾਈ ਬਾਣੀ ਇਹਦੇ ਲਈ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ, ਮੈਂ ਸਮਝਦਾ ਇਦਾਂ ਹੈ ਵੀ ਬਾਣੀ ਮੈਂ ਪੜ੍ਹਦਾ, ਬਾਣੀ ਤੋਂ ਗਿਆਨ ਲੈਂਦਾ, ਜੇ ਜ਼ਿੰਦਗੀ 'ਚ ਕੰਡੇ ਆ ਗਏ ਤੇ ਕੰਡਿਆਂ ਤੇ ਸੌਣਾ ਕਿੱਦਾਂ, ਇਹ ਜਾਚ ਮੈਂ ਸਿੱਖਦਾ। ਇਹ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ, ਇਹ ਨਹੀਂ, ਇਹ ਸਿੱਖਣਾ ਹੈ ਵੀ ਕੰਡਿਆਂ ਤੇ ਪੈਣ। ਯਾਰ ਗੱਲ ਸੁਣੋ, ਕੰਡੇ ਆਏ ਨਾ ਤੇ ਫਾਇਦਾ ਕੀ ਹੈ, ਕੰਡਿਆਂ ਤੋਂ ਬਿਨਾਂ ਫੁੱਲ ਲਿਆ, ਚੱਲ ਫਿਰ ਕੰਡਿਆਂ ਤੋਂ ਬਿਨਾਂ ਲਿਆ ਗੁਲਾਬ, ਗੁਲਾਬ ਤੇ ਤੇਰੀ ਝੋਲੀ 'ਚ ਬਹੁਤ ਹੋਣਗੇ ਪਰ ਹੋਣਗੇ ਮਰੇ, ਜੇ ਜਿੰਦਾ ਗੁਲਾਬ ਵੇਖਣਾ ਤੇ ਕੰਡੇ ਨਾਲ ਹੀ ਹੋਣਗੇ। ਆਖੋ ਸਤਨਾਮ, ਕਿਉਂ ਬਈ ਲਿਆ ਕੰਡਿਆਂ ਤੋਂ ਬਿਨਾਂ ਵਾਲਾ, ਕੱਲੀਆਂ ਪੱਤੀਆਂ ਲਿਆ, ਨਾ ਹੋਣਗੇ ਕੰਡੇ ਪਰ ਮਰਿਆ ਹੈ ਗੁਲਾਬ, ਜਿਉਂਦਾ ਥੋੜਾ ਉਹ ਤੇ ਮਰਿਆ। ਜੇ ਜਿਉਂਦੇ ਗੁਲਾਬ ਦਾ ਸਾਹਮਣਾ ਕਰਨਾ ਨਾ ਕਦੇ, ਤੇ ਜੇ ਜਿਉਂਦਾ ਗੁਲਾਬ ਨੂੰ ਮਿਲਣਾ ਤੇ ਕੰਡਿਆਂ ਨੂੰ ਨਾਲ ਬੋਲ ਦਿਓ ਯਾਰ, ਮਿਲਣਾ ਹੀ ਪੈਣਾ। ਜੇ ਜੇ ਜਿਉਂਦੇ ਗੁਲਾਬ ਦਾ ਸਾਹਮਣਾ ਕਰਨਾ ਹੈ ਨਾ ਤੇ ਕੰਡਿਆਂ ਦਾ ਸਾਹਮਣਾ ਤੈਨੂੰ ਕਰਨਾ ਪੈਣਾ ਹੈ। ਜੇ ਸੱਚਮੁੱਚ ਸੁੱਖਾਂ ਦਾ ਸਵਾਦ ਲੈਣਾ ਹੈ ਤੇ ਦੁੱਖਾਂ ਦਾ ਸਵਾਦ ਵੀ ਲੈਣਾ ਹੀ ਪੈਣਾ, ਚੱਖਣੇ ਪੈਣਗੇ ਦੁੱਖ। ਇਹ ਤੈਨੂੰ ਬਿਮਾਰੀ ਸਾਨੂੰ ਕਿੱਥੋਂ ਲੱਗ ਗਈ ਵੀ ਦੁੱਖ ਜ਼ਿੰਦਗੀ 'ਚ ਨਾ ਆਉਣ, ਇਹ ਦੱਸਿਆ ਕਿੰਨੇ ਹੈ? ਇਹਦੇ ਪੁਜਾਰੀ ਪਿੱਟਦਾ ਹੈ ਜਿਹੜੇ ਮੇਰੇ ਜਿਸ ਬੰਦੇ ਦੀ, ਇੱਧਰ ਸੁਣੋ, ਇੱਧਰ ਸੁਣੋ ਬਈ, ਮੇਰੇ ਵਰਗੇ ਬੰਦੇ ਦੀ ਜਿਹਦੀ ਜੇਬ ਭਰਦੀ ਹੈ, ਜਿਹਦਾ ਬਿਜ਼ਨਸ ਚੱਲਦਾ ਹੈ, ਜਿਹਦੀ ਗੋਲਕ ਭਰਦੀ ਹੈ, ਉਹ ਪਿੱਟਦਾ ਹੈ। ਆ ਜਾ ਤੇਰੀ ਅਰਦਾਸ ਕਰਾਂ, ਤੇਰੇ ਤੇ ਕੋਈ ਦੁੱਖ ਨਹੀਂ ਆਉਣਾ। ਉਹਨੇ ਸਮਝਾਉਣਾ ਇਹ ਸੀ ਵੀ ਆ ਜਾ, ਤੈਨੂੰ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਵਾਂ, ਦੁੱਖਾਂ ਨਾਲ ਮੁਕਾਬਲਾ ਕਿੱਦਾਂ ਕਰਨਾ ਤੈਨੂੰ ਗੁਰੂ ਗ੍ਰੰਥ ਸਾਹਿਬ ਜਾਚ ਸਿਖਾਉਣ। ਆਖੋ ਸਤਨਾਮ, ਸ੍ਰੀ ਵਾਹ। ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਕੋਲ, ਸੁਣੋ, ਪੁਜਾਰੀ ਦੇ ਤੇ ਜੈਨੂਅਨ ਬੰਦੇ ਦੇ ਗੁਰੂ ਗ੍ਰੰਥ ਸਾਹਿਬ ਕੋਲ ਲਿਜਾਣ ਲਿਜਾਣ ਵਿੱਚ ਫਰਕ ਹੈ। ਇੱਕ ਬੰਦਾ ਉਹ ਹੈ ਜਿਹੜਾ ਤੈਨੂੰ ਕਹਿੰਦਾ ਹੈ ਵੀ ਗੁਰਬਾਣੀ ਕੋਲ ਲੈ ਕੇ ਚੱਲਦਾ, ਉਹ ਤੈਨੂੰ ਦੱਸਣਗੇ ਵੀ ਕੰਡਿਆਂ ਤੇ ਪੈਣਾ ਕਿੱਦਾਂ, ਦੁੱਖਾਂ ਦਾ ਸਾਹਮਣਾ ਕਿੱਦਾਂ ਕਰਨਾ। ਇੱਕ ਇਹ ਹੈ, ਦੂਜਾ ਕਹਿੰਦਾ ਆ ਜਾ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਂਦਾ, ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ। ਹੁਣ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਦੁੱਖ ਨਹੀਂ ਆਉਣਾ ਤੇ ਵਿਕਾਸ ਕਿਵੇਂ ਹੋਊ, ਤਕਲੀਫਾਂ ਤੋਂ ਬਿਨਾਂ? ਲੈ ਹੁਣ ਆਪਾਂ ਅਰਦਾਸ ਕਰ ਦਿੰਦੇ ਹਾਂ ਸਾਰੇ, ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ। ਜੇ ਆਪਾਂ ਮੇਰੇ ਮਗਰ ਲੱਗ ਕੇ ਇੱਥੇ ਗੋਲਕ ਦੇ ਵਿੱਚ ਪਾ ਦਿਓ 5000 ਰੁਪਈਆ ਤੇ ਅਰਦਾਸ ਕਰ ਦਿਓ ਵੀ ਬੱਚਿਆਂ ਦੀ ਜ਼ਿੰਦਗੀ 'ਚ ਦੁੱਖ ਨਾ ਆਵੇ, ਫਿਰ ਐਗਜ਼ਾਮ ਪੇਪਰਾਂ ਦੇ ਦਿਨ ਬੱਚਿਆਂ 'ਤੇ ਦੁੱਖ ਹੈ ਕਿ ਨਹੀਂ ਹੈ? ਜਵਾਬ ਦਿਓ ਜੀ, ਬੋਲੋ ਬਈ। ਪਰ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੋਇਆ, ਪੇਪਰ ਦੇਣੇ ਬੱਚੇ 'ਤੇ ਦੁੱਖ ਨਹੀਂ, ਬਹਾਨੇ ਘੜਦੇ ਨੇ ਨਾ ਜਾਣ ਦੇ, ਪਰ ਆਪਾਂ ਕਹਿੰਦੇ ਨਿਆਣਿਆਂ ਕਾਕਾ ਦੁੱਖ ਸਹਿ ਤਾਂ ਹੀ ਅਗਲੀ ਕਲਾਸ 'ਚ ਜਾਏਗਾ, ਜੇ ਦੁੱਖ ਨਾ ਹੋਇਆ ਤੇ ਵਿਕਾਸ ਕਿੱਥੇ? ਛੇਵੀਂ ਤੋਂ ਸੱਤਵੀਂ ਕਿਵੇਂ ਆਊ, ਸੱਤਵੀਂ ਤੋਂ ਅੱਠਵੀਂ ਕਿਵੇਂ ਆਊ? ਦੁੱਖ ਦੇ ਬਾਅਦ ਹੀ ਵਿਕਾਸ ਹੋਊ ਤੇਰਾ, ਦਿਮਾਗ ਤਾਂ ਹੀ ਖੁੱਲੂ। ਦੇ ਐਗਜ਼ਾਮ ਪੇਪਰ ਪੈਣ ਦੇ, ਕਈ ਨਿਆਣਿਆਂ ਨੂੰ ਰੋਟੀ ਨਹੀਂ ਸਵਾਦ ਲੱਗਦੀ, ਆਪਾਂ ਕਹਿੰਦੇ ਨਾ ਲੱਗੇ, ਕਈ ਨਿਆਣੇ ਅੱਧੀ ਅੱਧੀ ਰਾਤ ਤੱਕ ਪੜ੍ਹਦੇ ਨੇ, ਆਪਾਂ ਕਹਿੰਦੇ ਪੜ੍ਹ, ਕਰ ਲੈ ਤਰਸ ਵੀ ਦੁੱਖ ਨਾ ਆਵੇ ਤੇਰੇ ਨਿਆਣੇ ਤੇ, ਤੇ ਝੁੱਡੂ ਜਿਹੀ ਰਹਿ ਜੂ, ਇਹਦਾ ਵਿਕਾਸ ਵੀ ਨਹੀਂ ਹੋਣਾ। ਆਖੋ ਸਤਨਾਮ। ਯਾਰ ਫਿਰ ਸਾਡੀ ਕੌਮ ਨੂੰ ਪੁਜਾਰੀ ਝੁੱਡੂ ਕਰਨਾ ਚਾਹੁੰਦਾ, ਵਿਕਾਸ ਨਹੀਂ ਚਾਹੁੰਦਾ। ਜਿਹੜਾ ਬੰਦਾ ਤੈਨੂੰ ਦੁੱਖ ਨਾ ਆਉਣ ਦੀ ਸਲਾਹ ਦਿੰਦਾ ਹੈ ਉਹ ਤੇਰਾ ਵਿਕਾਸ ਨਹੀਂ ਚਾਹੁੰਦਾ, ਉਹ ਤੇਰਾ ਮਿੱਤਰ ਨਹੀਂ, ਉਹ ਤੇਰਾ ਦੁਸ਼ਮਣ ਹੈ। ਬੋਲੋ, ਉਹ ਤੇਰਾ ਮਿੱਤਰ ਨਹੀਂ, ਉਹ ਤੇਰਾ ਇਹ ਦੁਸ਼ਮਣ ਨੇ ਸਾਡੇ। ਗਲਤ ਅਰਥ ਕਰਦੇ ਐ, ਸਹੀ ਤਰੀਕੇ ਨਾਲ ਨਹੀਂ ਸਮਝਾਉਂਦੇ ਸਾਨੂੰ, ਤਕੜੇ ਕਰਕੇ ਭੇਜ ਵੀ ਮੈਂ ਦੁੱਖ ਦਾ ਸਾਹਮਣਾ ਕਿੱਦਾਂ ਕਰਾਂ। ਇਹ ਨਾ ਕਹਿ ਦੁੱਖ ਆਉਣਾ ਨਹੀਂ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ। ਹਰ ਉਸ ਪੁਜਾਰੀ ਤੋਂ ਸਵਾਲ ਕਰੋ, ਉਹਨੂੰ ਆਖੋ ਓਏ ਉਸ ਪੀਰ ਦਾ, ਉਸ ਫਕੀਰ ਦਾ, ਉਸ ਗੁਰੂ ਦਾ, ਉਸ ਭਗਤ ਦਾ ਨਾਂ ਲੈ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ।
ਅਸੀਂ ਦੱਸਦੇ ਆ ਇਹ ਤਾਂ ਭਗਤ ਨੇ ਤਾਂ ਫਕੀਰ ਨੇ ਤਾਂ ਗੁਰੂ ਨੇ ਇਹਨਾਂ ਨੇ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਬੜੀ ਹਿੰਮਤ ਨਾਲ ਕੀਤਾ ਹੈ ਹਿੰਮਤ ਨਾਲ ਕੀਤਾ ਤੂੰ ਇਹ ਕਿਉਂ ਕਹਿੰਦਾ ਦੁੱਖ ਨਾ ਆਉਣ ਇਹ ਕਹਿ ਵੀ ਐਦਾਂ ਮੁਕਾਬਲਾ ਉਹਨਾਂ ਨੇ ਕੀਤਾ ਐਂ ਤੈਂ ਕਰਨਾ ਸਮਝਦੇ ਹੋ ਗੱਲ ਬਈ ਵੀਰੋ ਪਕੜ ਚਾਉਂਦੀ ਹੈ ਇਹ ਪੁਜਾਰੀ ਨੇ ਕਾਢ ਕੱਢੀ ਉਹਨੂੰ ਪਤਾ ਵੀ ਤੂੰ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸਾਡੇ ਵੀ ਤੂੰ ਪਕੜ ਚ ਨਹੀਂ ਆਉਂਦੀ ਉਹ ਭਾਈ ਮੈਂ ਕਹਿੰਦਾ ਜਿਸ ਦਰਖਤ ਤੇ ਦੁੱਖ ਨਾ ਨਾ ਆਇਆ ਰੱਬ ਕੋਲ ਇੱਕ ਬੰਦਾ ਚਲਿਆ ਗਿਆ ਵੈਸੇ ਰੱਬ ਤੇ ਕੁਦਰਤ ਦੇ ਵਿੱਚ ਹੀ ਹੈ ਮੈਂ ਸਮਝਾਉਣ ਲਈ ਐਗਜ਼ੈਂਪਲ ਦੇ ਰਿਹਾ ਉਹ ਰੱਬ ਨੂੰ ਕਹਿੰਦਾ ਪਰੇ ਹਟ ਜਾ ਆ ਦੁਨੀਆ ਨੂੰ ਚਲਾਉਣ ਵਾਲਾ ਕੰਮ ਮੈਨੂੰ ਕਰਨ ਦੇ ਤੈਨੂੰ ਅਕਲ ਕੀ ਹੈ ਕਹਿੰਦਾ ਅਖੇ ਪੱਕੀ ਫਸਲ ਹੁੰਦੀ ਹੈ ਉਦੋਂ ਹਵਾਵਾਂ ਚਲਾ ਦਿੰਦਾ ਸਾਰੀ ਝੜ ਜਾਂਦਾ ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਂਦਾ ਨਹੀਂ ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਮੀਂਹ ਪਾਣ ਲਾ ਦਿੰਦਾ ਪਰੇ ਹਟ ਕਹਿੰਦੇ ਸਾਰਾ ਮਹਿਕਮਾ ਮੈਂ ਸਾਂਭੂ ਵੀ ਮੈਂ ਚਲਾਉਂ ਗੱਡੀ ਇਹ ਮੈਨੂੰ ਫੜਾ ਲਓ ਜੀ ਰੱਬ ਕਹਿੰਦਾ ਰਹਿਣ ਦੇ ਤੂੰ ਤੇਰੇ ਹਿਸਾਬ 'ਚ ਨਹੀਂ ਆਉਣਾ ਕਹਿੰਦਾ ਤੈਨੂੰ ਚਲਾ ਕੇ ਵਿਖਾਊਂ ਤੂੰ 2 ਕੁ ਦਿਨ ਠਹਿਰ ਜਾ ਕਹਿੰਦਾ ਚੰਗਾ ਫਿਰ 6 ਮਹੀਨੇ ਤੈਨੂੰ ਦਿੱਤੇ ਚਲਾ ਲੈ ਉਹ ਬੰਦੇ ਨੇ ਕੀ ਕੀਤਾ ਨਾ ਤੇ ਜਿਹੜੇ ਟਾਈਮ ਤੇ ਮੀਂਹ ਪੈਣਾ ਚਾਹੀਦਾ ਸੀ ਉਦੋਂ ਹੀ ਪਾਇਆ ਜਦੋਂ ਮੀਂਹ ਦੀ ਲੋੜ ਨਹੀਂ ਸੀ ਨਹੀਂ ਪਾਇਆ ਹਵਾ ਤੇ ਚੱਲਣ ਹੀ ਨਹੀਂ ਨਾ ਦਿੱਤੀ ਕਹਿੰਦਾ ਹਵਾ ਵਾਲਾ ਪਾਸਾ ਤੇ ਬੰਦ ਹੀ ਰੱਖੋ ਫਸਲ ਨਹੀਂ ਮਰਨੀ ਚਾਹੀਦੀ ਝੱਖੜ ਨਹੀਂ ਚੱਲਿਆ ਹਵਾ ਨਹੀਂ ਚੱਲੀ ਤੂਫਾਨ ਆਇਆ ਹੀ ਕੋਈ ਨਹੀਂ 6 ਮਹੀਨਿਆਂ ਬਾਅਦ ਫਸਲ ਹੋ ਗਈ ਜੇ 3 ਫੁੱਟ ਵੱਧਦੀ ਹੈ ਤੇ 6-6 ਫੁੱਟ ਜੇ ਕਣਕਾਂ ਪੱਕੀਆਂ ਮੱਕੀਆਂ ਪੱਕ ਗਈਆਂ ਕਹਿੰਦਾ ਵੇਖ ਰੱਬਾ ਇਹਨੂੰ ਕਹਿੰਦੇ ਫਸਲ ਮਾਰਦਾ ਗੱਲਾਂ ਤੈਨੂੰ ਵੀ ਪਤਾ ਦੁਨੀਆ ਕਿੱਦਾਂ ਚਲਾਉਣੀ ਹੈ ਕਹਿੰਦੇ ਆ ਜਾ ਕਹਿੰਦਾ ਹੋਰ 2 ਮਿੰਟ ਠਹਿਰ ਜਾ ਉਹ ਕਹਿੰਦਾ ਵੇਖ ਉਹ ਜਦੋਂ ਫਸਲਾਂ ਕੱਢੀਆਂ ਦਾਣਾ ਵਿੱਚ 1 ਵੀ ਨਾ ਕਹਿੰਦੇ ਇਹ ਕੀ ਹੋਇਆ ਕਹਿੰਦੇ ਹੋਣਾ ਕੀ ਸੀ ਹਵਾਵਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਨਾਂ ਨੇ ਤੂਫਾਨਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਦੇ ਵਿੱਚ ਰਸ ਭਰਨਾ ਤਾਂ ਸੀ ਮਜ਼ਬੂਤੀ ਤਾਂ ਆਉਣੀ ਸੀ ਦਾਣੇ ਆਉਣੇ ਹੀ ਤਾਂ ਸੀ ਜੇ ਇਹ ਝੱਖੜਾਂ ਦਾ ਤੂਫਾਨਾਂ ਦਾ ਸਾਹਮਣਾ ਕਰਦੇ ਚੇਤਾ ਰੱਖਿਓ ਜਿਸ ਸਾਲ ਹਵਾਵਾਂ ਜ਼ਿਆਦਾ ਚੱਲਣਗੀਆਂ ਝਾੜ ਵੀ ਉਸੇ ਸਾਲ ਹੀ ਜ਼ਿਆਦਾ ਹੋ ਝਾੜ ਜ਼ਿਆਦਾ ਹੋ ਜਿਹੜੇ ਸਾਲ ਤੂਫਾਨ ਜ਼ਿਆਦਾ ਆਉਣਗੇ ਦਰਖਤਾਂ ਨੂੰ ਬੂਰ ਜ਼ਿਆਦਾ ਉਸੇ ਸਾਲ ਪਊ ਰਸ ਵੀ ਉਦੋਂ ਜ਼ਿਆਦਾ ਭਰੂ ਇਹ ਸਾਨੂੰ ਕੀ ਲੱਗਦਾ ਹੈ ਇਹ ਤੂਫਾਨ ਦਾ ਸਾਹਮਣਾ ਨਹੀਂ ਕਰੂਗਾ ਕਿੱਦਾਂ ਦਰਖਤ ਨੂੰ ਬੂਰ ਪੈ ਜਾਣਾ ਕਿੱਦਾਂ ਗੱਲ ਬਣੂ ਬਈ ਅੱਗੇ ਵਧਣ ਵਾਸਤੇ ਵਿਕਾਸ ਵਾਸਤੇ ਤਕਲੀਫ ਝੱਲਣੀ ਬੜੀ ਜ਼ਰੂਰੀ ਹੈ ਮਾਂ ਨੂੰ ਕਹਿ ਤੈਨੂੰ ਦੁੱਖ ਨਹੀਂ ਆਉਂਦਾ ਬੱਚਾ ਪੈਦਾ ਕਰਨ ਦੀ ਤਕਲੀਫ ਬੀਬੀਓ ਹੈ ਕਿ ਨਹੀਂ ਹੈ ਮੇਰੀਆਂ ਭੈਣਾਂ ਦੱਸੋ ਤਕਲੀਫ ਹੈ ਨਾ ਅਰਦਾਸ ਕਰ ਦਿੰਦੇ ਵੀ ਤਕਲੀਫ ਨਾ ਹੋਵੇ ਕਿਸੇ ਬੀਬੀ ਨੂੰ ਕਰਾਉਂਗੀਆਂ ਇਹ ਅਰਦਾਸ ਆਪਣੀਆਂ ਧੀਆਂ ਲਈ ਆਪਣੀਆਂ ਨੂੰਹਾਂ ਲਈ ਆਪਣੇ ਲਈ ਅਸੀਂ ਕਹਾਂਗੇ ਨਹੀਂ ਇਹ ਤਕਲੀਫ ਤੋਂ ਬਿਨਾਂ ਅਸੀਂ ਬੱਚੇ ਦਾ ਮੂੰਹ ਕਿੱਦਾਂ ਦੇਖਾਂਗੇ ਬੱਚੇ ਦਾ ਚਿਹਰਾ ਤਾਂ ਵੇਖਦੀਆਂ ਅਸੀਂ ਬਹੁਤ ਵੱਡੀ ਤਕਲੀਫ ਝੱਲਦੀਆਂ ਤੇ ਤੁਸੀਂ ਮੈਨੂੰ ਕਹੋਗੀਆਂ ਬਾਬਿਆ ਪਰੇ ਹਟ ਜਾ ਇਹ ਗੱਲ ਨਾ ਕਹਿ ਸਾਨੂੰ ਇਹੋ ਜਿਹੇ ਦੁੱਖ 100 ਵਾਰੀ ਝੱਲਣ ਨੂੰ ਤਿਆਰ ਆ ਬੱਚਾ ਆਏਗਾ ਤੇ ਉਹ ਦੁੱਖ ਸਾਨੂੰ ਝੱਲਣਾ ਪਏਗਾ ਇਸੇ ਤਰ੍ਹਾਂ ਵਿਕਾਸ ਦੁੱਖ ਦੇ ਉੱਤੇ ਹੀ ਖੜਾ ਹੈ ਤਕਲੀਫਾਂ ਤੋਂ ਬਿਨਾਂ ਬੰਦਾ ਵਿਕਾਸ ਨਹੀਂ ਕਰਦਾ ਠੋਕਰਾਂ ਖਾਧੇ ਬਿਨਾਂ ਵਿਕਾਸ ਨਹੀਂ ਹੁੰਦਾ ਵੀਰੋ ਆ ਜਿਹੜਾ ਦਿਮਾਗ ਹੈ ਨਾ ਜਿੰਨੇ ਦੁੱਖ ਤਕਲੀਫਾਂ ਝੱਲਦਾ ਓਨੀਆਂ ਹੀ ਓਨੇ ਹੀ ਡੋਲੇ ਜਿੱਦਾਂ ਬਾਹਰ ਨਹੀਂ ਡੋਲੇ ਨਿਕਲਦੇ ਜਿੰਮ ਜਿੰਨਾ ਜ਼ੋਰ ਲੱਗੇ ਓਨੇ ਹੀ ਨਿਕਲਦੇ ਆ ਇਹਦਾ ਵੀ ਜਿੰਨਾ ਕੁ ਜ਼ੋਰ ਲੱਗਦਾ ਤਾਂ ਹੀ ਇਹ ਦਿਮਾਗ ਤਕੜਾ ਹੁੰਦਾ ਹੈ ਓਨਾ ਹੀ ਤਕੜਾ ਹੁੰਦਾ ਸਾਡੇ ਨਾ ਮੈਂ ਆਪਣੀ ਗੱਲ ਕਰਦਾ ਵੇਖਿਓ ਅੱਜ ਤੋਂ 15 ਸਾਲ ਪਹਿਲਾਂ ਜੇ ਕਿਸੇ ਬੰਦੇ ਨੇ ਮੇਰੇ ਵਿਰੁੱਧ ਕੋਈ ਮਾੜੀ ਮੋਟੀ ਗੱਲ ਕਹਿਣੀ ਤੇ ਮੈਨੂੰ ਐ ਲੱਗਣਾ ਹਾਏ ਓਏ ਮਰ ਗਏ ਇਹ ਬੰਦੇ ਨੇ ਕੀ ਕਹਿਤਾ ਐਡੀ ਵੱਡੀ ਗੱਲ ਕਹਿਤੀ ਐਦਾਂ ਲੱਗਣਾ ਉਦੋਂ ਐ ਸੀ ਦਿਮਾਗ ਛੋਟਾ ਸੀ ਤਕੜਾ ਨਹੀਂ ਸੀ ਹੋਇਆ ਕੱਚਾ ਸੀ ਜਮਾਂ ਹੀ ਹੁਣ ਵੱਡੇ ਵੱਡੇ ਡੇਰਿਆਂ ਦੇ ਮੁਖੀ ਮੇਰੇ ਵਿਰੁੱਧ ਭਾਸ਼ਣ ਦੇ ਦੇਣ
ਵੱਡੀਆਂ ਵੱਡੀਆਂ ਰਿਕਾਰਡਿੰਗਾਂ ਰੋਜ਼ ਆਉਂਦੀਆਂ ਹੈ। ਕੋਈ ਗਾਲਾਂ ਕੱਢੀ ਜਾਂਦਾ, ਕੋਈ ਜੋ ਮੂੰਹ ਜਾਂਦਾ ਬੋਲੀ ਜਾਂਦਾ, ਕੋਈ ਇਲਜ਼ਾਮ ਲਾਈ ਜਾਂਦਾ। ਹੁਣ ਆ ਆਇਆ, ਚੱਲ ਛੱਡ ਪਰੇ, ਅਸੀਂ ਕੀ ਲੈਣਾ, ਹੁਣ ਐ ਹੋ ਗਿਆ। ਕਿਉਂ? ਕਿਉਂਕਿ ਆਹ ਤਕੜਾ ਹੋ ਗਿਆ, ਹੋਇਆ ਇਹਨੂੰ ਆਦਤ ਪੈ ਗਈ ਸੱਟਾਂ ਖਾਣ ਦੀ। ਡਿੱਗੇ ਬਿਨਾਂ ਸਵਾਰ ਕਿੱਦਾਂ ਯਾਰ? ਛੱਡੋ, ਤੁਸੀਂ ਸਾਈਕਲ ਵੀ ਡਿੱਗੇ ਬਿਨਾਂ ਸਿੱਖਿਆ? ਜਿਹਦੇ ਕੈਂਚੀ ਸਿੱਖੇ ਸੀ ਡਿੱਗੇ ਨਹੀਂ ਸੀ? ਜਿਹਦੇ ਚਲਾਉਣਾ ਸਿੱਖਿਆ ਸੀ ਸਾਈਕਲ, ਕਿਹੜਾ ਜਿਹੜਾ ਨਹੀਂ ਡਿੱਗਿਆ? ਡਿੱਗਣਾ ਗਲਤ ਕਿਵੇਂ ਹੋ ਗਿਆ? ਇਹ ਜ਼ਿੰਦਗੀ ਦਾ ਇੱਕ ਰੂਪ ਹੈ। ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਪਰ ਹਾਂ ਗਿਆਨ ਲੈਣ ਦਾ ਮਤਲਬ ਇਹ ਹੈ, ਦੁੱਖ ਹੋਵੇ ਪਰ ਮੈਂ ਦੁੱਖ ਨੂੰ ਮੰਨਾ ਨਾ, ਪਰਵਾਹ ਨਾ ਮੰਨਾ। ਆਜੇ ਦੁੱਖ ਨੂੰ ਪਰਵਾਹ ਨਾ ਮੰਨੀਏ। ਬੀਬੀ ਨਹੀਂ ਮੰਨਦੀ, ਪਤਾ ਹੈ ਬੱਚੇ ਦੀ ਤਕਲੀਫ ਬਹੁਤ, ਅਗਲੇ ਸਾਲ ਫਿਰ ਦੋ ਚਾਹੀਦੇ ਹੈ ਜੀ, ਜੋੜੀ ਤਿੰਨ ਚਾਹੀਦੇ, ਉਹ ਤਿਆਰ ਹੋ ਜਾਂਦੀ ਹੈ। ਮੰਨਦੀ ਨਹੀਂ ਦੁੱਖ, ਦੁੱਖ ਬਹੁਤ ਵੱਡਾ ਭਾਈ, ਪਰ ਦੁੱਖ ਨੂੰ ਮੰਨਦੀ ਨਹੀਂ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ। ਕਹਿੰਦੇ ਜਦੋਂ ਗਿਆਨ ਆ ਜਾਏ ਬੰਦਾ ਦੁੱਖ ਨੂੰ ਫਿਰ ਸਮਝਦਾ ਨਹੀਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਕਹਿੰਦੇ ਮੰਨਦਾ ਨਹੀਂ, ਦੁੱਖ ਆਉਂਦੇ ਬਹੁਤ ਹੈ, ਮੰਨਦਾ ਹੀ ਨਹੀਂ ਦੁੱਖਾਂ ਨੂੰ। ਯਾਰ ਦਿਮਾਗ ਇੰਨਾ ਤੇਜ਼ ਹੈ, ਤਕੜਾ ਇੰਨਾ ਹੈ, ਖੁੱਲ ਗਿਆ, ਐਡਾ ਸਟਰੋਂਗ ਹੋ ਗਿਆ। ਮਹਿਲਾਂ 'ਚ ਪਾ ਦੇ ਤਾਂ ਕੋਈ ਨਹੀਂ, ਕੰਨਿਆਂ 'ਤੇ ਪਾ ਦੇ ਤਾਂ ਕੋਈ ਨਹੀਂ। ਹੈ ਨਾ ਸਾਡਾ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਹੈ ਐਡਾ ਤਕੜਾ ਕੋਈ? ਐਡਾ ਖੋਲ ਸਕਦਾ ਕੋਈ? ਜਿਹੜੇ ਜਿਸ ਬੱਚੇ ਨੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਵੇਖ ਲਿਆ ਹੋਵੇ, ਉਹਨੂੰ ਹੋਰ ਕੀ ਵਿਖਾਓਗੇ ਬਾਅਦ 'ਚ? ਉਦੋਂ ਬਾਅਦ ਤੇ ਗੱਲਾਂ ਹੀ ਛੋਟੀਆਂ ਰਹਿ ਗਈਆਂ। ਕਿਉਂ ਬਈ? ਉਦੋਂ ਬਾਅਦ ਗੱਲਾਂ ਹੀ ਛੋਟੀਆਂ ਰਹਿ ਗਈਆਂ। ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ, ਲੋਕ ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਤੇ ਪਿਤਾ ਦਾ ਸੀਸ ਜਦੋਂ ਪਹੁੰਚ ਗਿਆ, ਪਿਤਾ ਨੂੰ ਖਤਮ ਕਰ ਦਾਂਗੇ, ਗੋਬਿੰਦ ਰਾਏ ਤੇ ਟੁੱਟ ਜੂ। ਉਹ ਗੋਬਿੰਦ ਰਾਏ ਜੀ ਨੂੰ ਸੀਸ ਵਿਖਾ ਕੇ ਐਡਾ ਤਕੜਾ। ਹਾਂ ਇੱਕ ਗੱਲ ਹੋਰ ਹੈ, ਜੇ ਹੁੰਦਾ ਦੂਜੇ ਪਾਸੇ ਵੇਖ ਕੇ ਸਦਾ ਲਈ ਡਰ ਡੈਲ ਜਾਂਦਾ, ਤੇ ਕਈ ਫਿਰ ਪੱਕੇ ਹੋ ਜਾਂਦੇ ਨੇ ਵੀ ਹੁਣ ਪਰਵਾਹ ਹੀ ਕੋਈ ਨਹੀਂ, ਆਖੋ ਸਤਨਾਮ। ਕਈ ਜੇਲ੍ਹ 'ਚ ਜਾ ਕੇ ਸੁਧਰ ਜਾਂਦੇ ਆ, ਕਈ ਫਿਰ ਪੱਕੇ ਹੀ ਬਣ ਜਾਂਦੇ ਕਾਤਲ। ਦੋਵੇਂ ਗੱਲਾਂ ਹੀ, ਕਈ ਬੰਦੇ ਤੇ ਡਰ ਜਾਂਦੇ ਆ। ਜਿਵੇਂ ਹੁਣ ਮੰਨ ਲਓ ਲਹਿਰ ਆਉਂਦੀ ਹੈ, ਜਿਹੜਾ ਹੋਇਆ ਤਾਰੂ ਉਹ ਤੇ ਕਹਿੰਦਾ ਲਹਿਰ ਆ ਗਈ, ਲੈ ਹੁਣ ਉੱਤੇ ਉੱਤੇ ਤੈਰਦੇ ਜਾਵਾਂਗੇ। ਤੇ ਜੇ ਹੋਇਆ ਡੁੱਬਣ ਵਾਲਾ, ਨਾ ਤੈਰਨਾ ਆਉਂਦਾ ਹੋਇਆ, ਉਸੇ ਲਹਿਰ 'ਚ ਡੁੱਬ ਜਾਂਦਾ ਹੈ। ਬੇਅਕਲ ਬੰਦਾ ਦੱਬ ਜਾਂਦਾ ਹੈ, ਦੂਜਾ ਬੰਦਾ ਦੁੱਖਾਂ ਨੂੰ ਸੀੜੀ ਬਣਾ ਲੈਂਦਾ ਆਪਣੀ, ਜਿੰਨੀਆਂ ਤਕਲੀਫਾਂ ਆਈ ਜਾਣ ਉਨਾ ਹੀ ਤਾਂ ਨੂੰ ਜਾਊ। ਜੇ ਵਰਤਣਾ ਆਉਂਦਾ ਉਹਨਾਂ ਲਈ ਖੱਡੇ ਹੁਲਾਰੇ ਬਣ ਜਾਂਦੇ ਹੈ, ਸਮਝ ਆ ਜਾਂਦੀ ਹੈ। ਤਾਂ ਕਰਕੇ ਮੈਂ ਤੁਹਾਨੂੰ ਅਰਜ਼ੇ ਕਰਦਾ ਭਾਈ, ਦੁੱਖਾਂ ਤੋਂ ਨਾ ਘਬਰਾਓ, ਆਉਣ ਦਿਓ, ਆਉਣਗੇ, ਬਸ ਆਪਣੇ ਆਪ ਨੂੰ ਕਾਇਮ ਕਰ ਲਓ। ਬਾਣੀ ਵਿਸਰੀ ਹੈ ਕਿ ਨਹੀਂ ਵਿਸਰੀ ਇਹਦਾ ਪਤਾ ਕਿਵੇਂ ਲੱਗੂ? ਵੀ ਇੱਕ ਤੇ ਬੰਦਾ ਬਾਣੀ ਪੜ੍ਹਦਾ ਹੈ, ਇੱਕ ਬਾਣੀ ਨਹੀਂ ਪੜ੍ਹਦਾ, ਇੱਕ ਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਦਾ ਹੈ, ਉਹਦੇ ਘਰੇ ਜਿੱਦੇ ਮੌਤ ਹੋਊ ਉਹਨੂੰ ਵੇਖ ਲਿਓ, ਇੱਕ ਬਾਣੀ ਬਿਲਕੁਲ ਨਹੀਂ ਪੜ੍ਹਦਾ ਉਹਨੂੰ ਵੇਖ ਲਿਓ, ਸਮਝ ਤੋਂ ਪਤਾ ਲੱਗੂ ਵੀ ਫਰਕ ਤੇ ਕੋਈ ਵੀ ਨਹੀਂ। ਜੇ ਉਹਦੇ ਘਰੇ ਮੌਤ ਹੈ ਉਹ ਵੀ ਉਵੇਂ ਚੀਕਾਂ ਮਾਰਦਾ ਹੈ, ਇਹਦੇ ਘਰੇ ਆਈ ਹੈ ਤੇ ਵੀ ਉਵੇਂ ਚੀਕਾਂ ਮਾਰਦਾ, ਫਰਕ ਤੇ ਪਿਆ ਕੋਈ ਨਹੀਂ, ਇਹਦੇ ਰੋਣੇ ਧੋਣੇ 'ਚ ਤੇ ਫਰਕ ਨਹੀਂ ਪਿਆ। ਪੱਕੀ ਦੇ ਉੱਤੇ ਮੀਂਹ ਪੈ ਗਿਆ, ਬਾਣੀ ਨਹੀਂ ਪੜ੍ਹਦਾ ਉਹ ਵੀ ਰੋਈ ਜਾਂਦਾ ਹਾਏ ਮਰ ਗਏ, ਇਹ ਵੀ ਕਹੀ ਜਾਂਦਾ ਹਾਏ ਮਰ ਗਏ, ਗੱਲ ਤੇ ਇੱਕੋ ਹੀ ਹੈ, ਸਮਝਿਆ ਹੈ ਕਿ? ਪਰ ਜੇ ਬੰਦਾ ਚਿੱਤ ਟਿਕਾਣੇ ਰੱਖ ਕੇ ਬੈਠਾ ਹੈ, ਵੇਖਣਾ ਬਾਣੀ ਸਮਝੀ, ਕੰਡਿਆਂ ਤੇ ਪਿਆ ਗੁਰੂ ਗੋਬਿੰਦ ਸਿੰਘ ਨੂੰ ਵੇਖੋ, ਕਹਿੰਦੇ ਮਹਾਰਾਜ ਕਿਵੇਂ ਹੈ? ਕਹਿੰਦੇ ਨਜ਼ਾਰਾ ਹੀ ਬਹੁਤ ਆਈ ਜਾਂਦਾ। ਕਹਿੰਦੇ ਕਿਵੇਂ? ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ, ਕੁਝ ਯਾਦ ਹੈ ਬੀਤੀ ਬਤਾਈ ਤੈਨੂੰ। ਦਇਆ ਸਿੰਘ ਕਹਿੰਦਾ ਹੀਰੇ ਜੜੇ ਰੰਗੀਲੇ ਭੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਤੈਨੂੰ। ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ, ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ,
ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੋਹਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੇ ਗਲਗੀ ਵਾਲੇ ਕਹਿੰਦੇ ਐ ਆਪਾਂ ਵੀ ਸੂਲਾਂ ਚ ਸੂਲ ਹੀ ਬਣ ਗਏ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚੁਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆ ਬਾਣੀ ਵਿਸਰੀ ਨੀ ਜਿਹਨੂੰ ਆ ਨਿਸ਼ਾਨੀ ਵੀਰੋ ਭਰਾਵੋ ਭੈਣੋ ਮੇਰੀਓ ਆ ਨਿਸ਼ਾਨੀ ਹੈ ਇਹਨੂੰ ਨੀ ਬਾਣੀ ਵਿਸਰੀ ਬਾਕੀ ਤੇ ਮਾਰਦੇ ਚੀਕਾਂ ਇਹਨਾਂ ਨੂੰ ਨਹੀਂ ਵਿਸਰਿਆ ਸੱਚਾ ਗਿਆ ਇਹ ਹੈ ਬਾਣੀ ਵਿਸਰਨ ਦਾ ਅਰਥ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜਿਵੇਂ ਪੱਕਾ ਰੋਗੀ ਵਿਲਕਦਾ ਕਹਿੰਦੇ ਐ ਵਿਲਕਦੇ ਐ ਅਕਲ ਨਾ ਹੋਣ ਕਰਕੇ ਵਿਲਕਦੇ 20 ਕਿੱਲੇ ਜ਼ਮੀਨ ਹੈ ਫਿਰ ਵੀ ਵਿਲਕਦਾ 50 ਕਿੱਲੇ ਫਿਰ ਵੀ ਵਿਲਕਦਾ ਯਾਰ ਚੰਡੀਗੜ੍ਹ ਰਹਿੰਦਾ ਫਿਰ ਵੀ ਵਿਲਕਦਾ ਦਿੱਲੀ ਚਲੇਗਾ ਫਿਰ ਵੀ ਵਿਲਕਦਾ ਵੀਜ਼ਾ ਲੱਗ ਗਿਆ ਸਾਰਾ ਟੱਬ ਅਮਰੀਕਾ ਬੈਠਾ ਫਿਰ ਵੀ ਰੋਂਦਾ ਹੀ ਦਾ ਰੋਂਦਾ ਹੀ ਫਿਰ ਵੀ ਵਿਲਕਦਾ ਜਦੋਂ ਮਰਜ਼ੀ ਵੇਖ ਲਓ ਇਹ ਰੋਂਦਾ ਹੀ ਰਹਿੰਦਾ ਪੁੱਤ ਨਹੀਂ ਸੀ ਉਦੋਂ ਵੀ ਵਿਲਕਦਾ ਰਹਿੰਦਾ ਸੀ ਹੁਣ ਦੋ ਹੈ ਹੁਣ ਵੀ ਵਿਲਕਦਾ ਹੀ ਕਦੀ ਤੇ ਖਿੜ ਜਾ ਕਦੀ ਤੇ ਸਮਝ ਲੈ ਤੇ ਮੈਂ ਅਰਜ਼ ਕਰਦਾ ਰਿਹਾ ਪਿੱਛੇ ਮੈਂ ਚੰਡੀਗੜ੍ਹ ਵੀ ਕਿਹਾ ਸੀ ਕਿ ਭਾਈ ਮੈਨੂੰ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਨੂੰ ਮਿਲ ਪੈਣ ਨਾ ਅੱਜ ਇਦਾਂ ਤੇ ਸਾਨੂੰ ਪੁੱਛਣਗੇ ਵੀ ਆਨੰਦਪੁਰ ਸਾਹਿਬ ਮੈਂ ਛੱਡਿਆ ਮੈਂ ਚੜ੍ਹਦੀ ਕਲਾ 'ਚ ਰਿਹਾ ਤੇ ਸਿੱਖਾ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਰੋਂਦੂਆ ਸਰਸਾ ਦੇ ਸਾਰਾ ਟੱਬਰ ਮੇਰਾ ਵਿਛੜਿਆ ਮੇਰੀ ਅੱਖ 'ਚੋਂ ਪਾਣੀ ਨਹੀਂ ਆਇਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਚਮਕੌਰ ਦੀ ਗੜੀ 'ਚ ਮੇਰੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਮੈਂ ਕੱਫਣ ਪਾਏ ਬਿਨਾਂ ਕੋਲੋਂ ਲੰਘ ਗਿਆ ਚੜ੍ਹਦੀ ਕਲਾ 'ਚ ਆਪਣੇ ਆਪ ਨੂੰ ਰੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਮੇਰੇ ਛੋਟੇ ਨੀਹਾਂ 'ਚ ਚਿਣੇ ਗਏ ਮੈਨੂੰ ਸੁਨੇਹਾ ਮਿਲਿਆ ਤੇਰੇ ਬੱਚੇ ਨੀਹਾਂ 'ਚ ਚਿਣੇ ਗਏ ਮੈਂ ਹੱਸ ਕੇ ਆਖਿਆ ਕੋਈ ਨੀ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ ਤੂੰ ਰੋਂਦਾ ਹੀ ਰਹਿੰਦਾ ਹਰ ਵੇਲੇ ਓਏ ਤੂੰ ਮੇਰੇ ਤੋਂ ਕੀ ਸਿੱਖਿਆ ਤੇਰਾ ਮੇਰੇ ਨਾਲ ਕਨੈਕਸ਼ਨ ਦੱਸ ਕੀ ਹੈ ਤੂੰ ਆਪਣੇ ਆਪ ਨੂੰ ਮੇਰੇ ਨਾਲ ਜੋੜਦਾ ਕਿੱਦਾਂ ਹੈ ਮੇਰੇ ਤੇ ਤੇਰੇ 'ਚ ਸੰਬੰਧ ਕੀ ਹੈ ਦਾੜੀ ਕਰਕੇ ਜੋੜਦਾ ਮੈਨੂੰ ਵੀ ਤੇਰੀ ਦਾੜੀ ਮੇਰੀ ਦਾੜੀ ਨਾਲ ਰਲਦੀ ਹੈ ਤੇਰੀ ਪੱਗ ਮੇਰੀ ਪੱਗ ਨਾਲ ਰਲਦੀ ਹੈ ਤੇਰਾ ਗਾਤਰਾ ਮੇਰੇ ਗਾਤਰੇ ਨਾਲ ਰਲਦਾ ਹੈ ਤੇਰੀ ਕਿਰਪਾਨ ਮੇਰੇ ਕਿਰਪਾਨ ਨਾਲ ਰਲਦੀ ਹੈ ਖੰਡੇ ਬਾਟੇ ਤੋਂ ਅੰਮ੍ਰਿਤ ਮੈਂ ਛਕਿਆ ਤੂੰ ਛਕਿਆ ਇਹ ਚੀਜ਼ਾਂ ਰਲਾਉਂਦਾ ਹੈ ਤੂੰ ਤੇਰੀ ਸੋਚ ਤੇ ਰਲਦੀ ਨਹੀਂ ਯਾਰ ਤੇਰਾ ਸੁਭਾਅ ਤੇ ਮੇਰੇ ਨਾਲ ਰਲਦਾ ਨਹੀਂ ਸੁਰਤਾਂ ਮਿਲਾਉਣ ਵਾਲਿਓ ਸੀਰਤ ਮਿਲਾਓ ਸ਼ਕਲਾਂ ਮਿਲਾਉਣ ਵਾਲਿਓ ਅਕਲ ਮਿਲਾਓ ਤਾਂ ਗੱਲ ਬਣਦੀ ਹੈ ਪੁੱਛਣਗੇ ਕਿ ਨਹੀਂ ਪੁੱਛਣਗੇ ਸਾਨੂੰ ਬੋਲੋ ਜਿਹੜੇ ਹਿਸਾਬ ਨਾਲ ਅਸੀਂ ਚੀਕਾਂ ਮਾਰਦੇ ਹਾਂ ਰੋਂਦੇ ਹਾਂ ਤੜਫਦੇ ਹਾਂ ਪੁੱਛਣਗੇ ਨਾ ਵੀ ਮੇਰੇ ਮੈਂ ਕਿੱਥੇ ਯਾਰ ਤੂੰ ਕਿੱਦਾਂ ਸੋਚਦਾ ਫਿਰ ਮੈਨੂੰ ਜੋੜੀ ਮੇਰੇ ਨਾਲ ਜਾਂਦਾ ਆਪਣੇ ਆਪ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਜੀ ਅਸੀਂ ਮਰਨਾ ਬੜਾ ਪਿਆਰ ਕਰਦੇ ਹਾਂ ਜੀ ਉਹ ਕਹਿਣਗੇ ਸਮਝੇ ਤੇ ਕੱਖ ਵੀ ਨਹੀਂ ਤੁਸੀਂ ਮੈਂ ਫੇਰ ਅਰਜ਼ ਕਰਦਾ ਬੇੜਾ ਬਹਿ ਗਿਆ ਪੁਜਾਰੀ ਦਾ ਉਹਨੇ ਗਲਤ ਪੱਟੀ ਪੜਾਈ ਹੈ ਮੇਰੇ ਵੀਰੋ ਭਰਾਵੋ ਭੈਣੋ ਉਸ ਦਿਨ ਤੋਂ ਸਟਰੋਂਗ ਹੋ ਤਕੜਾ ਹੋ ਤਕੜਾ ਹੋ ਕਰ ਮੁਕਾਬਲਾ ਸਾਡੇ ਹਰ ਸਟੇਜ ਤੇ ਹਰ ਗੁਰਦੁਆਰੇ ਹਰ ਧਾਰਮਿਕ ਸਥਾਨ ਤੇ ਗੱਲ ਕਹੀ ਜਾਂਦੀ ਤੇ ਅੱਜ ਸਾਡੀ ਕੌਮ ਸੱਚਮੁੱਚ ਸਟਰੋਂਗ ਹੋਈ ਹੋਣੀ ਸੀ ਜੇ ਗੱਲ ਸਮਝਾਈ ਜਾਂਦੀ ਹੋ ਤਕੜਾ ਕੈਮ ਕਰ ਮੁਕਾਬਲਾ ਵੀਰੋ ਮੁਕਾਬਲਾ ਕਰਨ ਵਾਲੇ ਪੈਦਾ ਹੋਣੇ ਸੀ ਕਿ ਨਹੀਂ ਸੀ ਹੋਣੇ ਬੋਲੋ ਗੱਜ ਕੇ ਦੁੱਖਾਂ ਦੀਆਂ ਅੱਖਾਂ ਚੱਖਾਂ ਪਾ ਕੇ ਖੜਦੇ ਇਹਨਾਂ ਨੂੰ ਜੇ ਗੁਲਾਬ ਦਾ ਸੁੱਖ ਲੈਣਾ ਆਉਂਦਾ ਹੈ ਇਹਨਾਂ ਨੂੰ ਕੰਡਿਆਂ ਦਾ ਮੁਕਾਬਲਾ ਪਤਾ ਲੱਗ ਜਾਣਾ ਸੀ ਕਰਨਾ ਜੇ ਸ਼ਹਿਦ ਖਾਣਾ ਹੈ ਨਾ ਤੇ ਮਧੂ ਮੱਖੀਆਂ ਦਾ ਮੁਕਾਬਲਾ ਕਰਨਾ ਪੈਣਾ ਲੜਨਗੀਆਂ ਹੁਣ ਇੱਕ ਵਾਰੀ ਇਹਨਾਂ ਨੂੰ ਸਮਝ ਆ ਜਾਣੀ ਸੀ ਪਰ ਸਮਝਾਇਆ ਨਹੀਂ ਇਹ ਗੱਲ ਸਮਝਾਈ ਨਹੀਂ
ਇਹ ਕਿਹਾ ਹੈ ਤੇਰੇ ਤੇ ਕੋਈ ਤਕਲੀਫ ਨਾ ਆਵੇ ਤੇਰੇ ਕੋਈ ਦੁੱਖ ਨਾ ਆਵੇ ਗੋਦੀ ਚੱਕ ਕੇ ਰੱਖੋ ਨਿਆਣਾ ਚੱਕੀ ਰੱਖ ਚੱਕੀ ਰੱਖ ਚੱਕੀ ਰੱਖ ਫੇਰ ਨਹੀਂ ਤੁਰ ਸਕਦਾ ਲੱਤਾਂ ਤੇ ਭਾਰ ਨਹੀਂ ਪੈਣਾ ਜੇ ਬੱਚੇ ਨੂੰ ਤੋਰਨਾ ਚਾਹੁੰਦਾ ਹੈ ਤੇ ਪੈਣ ਦੇ ਭਾਰੇ ਦੀਆਂ ਲੱਤਾਂ ਦੇ ਉੱਤੇ ਤਾਂ ਇਹਦੀਆਂ ਲੱਤਾਂ ਸਟਰੋਂਗ ਹੋਣਗੀਆਂ ਤਾਂ ਗੋਡੇ ਮਜ਼ਬੂਤ ਹੋਣਗੇ ਤਾਂ ਪੱਟ ਤਕੜੇ ਹੋਣਗੇ ਇਹਦੇ ਫਿਰਨ ਦੇ ਇਹਨੂੰ ਭੱਜਣ ਦੇ ਇਹ ਨਾ ਕਹੇ ਵੀ ਮੈਂ ਨਿਆਣਾ ਆਪਣਾ ਗੋਦੀ 'ਚ ਚੱਕ ਕੇ ਰੱਖਣਾ ਹੈ ਇਹ ਗੋਦੀ 'ਚ ਰਹਿਣਗੇ ਰੱਬ ਕਹਿੰਦਾ ਨਹੀਂ ਭੱਜ ਭਾਰ ਪਾ ਲੱਤਾਂ ਤੇ ਪੁਜਾਰੀ ਤੈਨੂੰ ਰੱਬ ਦੀ ਗੋਦੀ 'ਚ ਚਾੜ ਦਿੰਦਾ ਵੀ ਗੋਦੀ ਚੜਿਆ ਰਹਿ ਮੈਂ ਅਰਦਾਸ ਕਰਤੀ ਹੈ ਤਾਂ ਕਰਕੇ ਤੇਰੇ ਤੇ ਹੁਣ ਦੁੱਖ ਨਹੀਂ ਆਉਣਾ ਗੋਦੀ ਚੜਿਆ ਰਹਿ ਰੱਬ ਨਹੀਂ ਗੋਦੀ ਚਾੜਦਾ ਚੱਕ ਭੱਜ ਤੈਨੂੰ ਬਣਾਇਆ ਤੇ ਚੱਲ ਫਿਰ ਹੁਣ ਕਰ ਮੁਕਾਬਲਾ ਵੀਰੋ ਦੁੱਖ ਝੱਲਣ ਲਈ ਆਏ ਆ ਜਿੱਦਣ ਦਾ ਪਿਤਾ ਦੇ ਸਰੀਰ 'ਚੋਂ ਮਾਂ 'ਚ ਗਏ ਆ ਨਾ ਤੁਸੀਂ ਪੜ੍ਹੇ ਲਿਖੇ ਬੱਚੇ ਹੋ ਅਸੀਂ ਉਦੋਂ ਤੋਂ ਦੁੱਖ ਚੱਲ ਰਹੇ ਹਾਂ ਜਨਮ ਡੇਟ ਆਫ ਬਰਥ ਕਹਿੰਦੇ ਆ ਅਸੀਂ ਰੀਸਾਈਕਲ ਹੋ ਰਹੀ ਹੈ ਐਨਰਜੀ ਕੁਛ ਨਵਾਂ ਨਹੀਂ ਆ ਰਿਹਾ ਕੁਛ ਜਾ ਨਹੀਂ ਰਿਹਾ ਇੱਕ ਵਾਰ ਪਾਇਆ ਜੋ ਕੁਛ ਪਾਇਆ ਸੋ ਇੱਕਾ ਵਾਰ ਪਰ ਜਿੱਦਣ ਬੰਦਾ ਪੈਦਾ ਹੁੰਦਾ ਨਾ ਧਿਆਨ ਨਾਲ ਸੁਣਿਓ ਮਾਂ ਦੇ ਢਿੱਡ ਵਿੱਚ ਜਾਣ ਤੱਕ ਕਰੋੜਾਂ ਸੈੱਲ ਲੜਦੇ ਐ ਤੇ ਕਰੋੜਾਂ ਚੋਂ ਇੱਕ ਥਾਂ ਐਸਾ ਆਉਂਦਾ ਜਿੱਥੇ ਜਾ ਕੇ ਲੱਖਾਂ ਰਹਿੰਦੇ ਐ ਉਦੋਂ ਅੱਗੇ ਫਿਰ ਲੜਦੇ ਲੜਦੇ ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ ਸੈਂਕੜਿਆਂ ਚੋਂ ਵੀ 10 ਦੌੜਦੇ ਐ ਇੱਧਰ ਸੁਣਿਓ ਧਿਆਨ ਨਾਲ 10 ਭੱਜਦੇ 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 ਮੁਕਾਬਲਾ ਕਰਦਾ ਲੜਦਾ 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 ਫਿਰ ਉੱਥੇ ਜਾਂਦਾ ਜਾ ਕੇ ਫਿਰ ਉਹ ਬੱਚਾ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਮੁਕਾਬਲਾ ਦੁੱਖ ਇਹ ਤੇ ਉੱਥੋਂ ਹੀ ਸਟਾਰਟ ਹੋਇਆ ਆਖੋ ਸਤਨਾਮ ਅੱਜ ਕੱਲ ਤੇ ਇੰਟਰਨੈਟ ਤੇ ਵੇਖੋ ਤੁਸੀਂ ਵੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਸ ਵੇਲੇ ਵੀ ਮੁਕਾਬਲਾ ਕਰਕੇ ਆਇਆ ਦੁੱਖਾਂ ਦਾ ਮਾਂ ਦੇ ਢਿੱਡ 'ਚ ਵੀ ਦੁੱਖ ਚੱਲਣਾ ਪੈਂਦਾ ਤਾਂ ਬਣਿਆ ਦੁੱਖ ਚੱਲਿਆ ਫਿਰ ਜੰਮਿਆ ਤਾਂ ਹੈ ਜੇ ਮਾਂ ਜਨਮ ਤਕਲੀਫ ਝੱਲਦੀ ਹੈ ਨਾ ਤੇ ਦੁੱਖ ਤੂੰ ਵੀ ਝੱਲ ਕੇ ਆਇਆ ਜੇ ਝੱਲਦਾ ਨਾ ਝੱਲ ਦੋ ਨਾ ਤੇ ਮਰ ਜਾਂਦਾ ਅੰਦਰ ਹੀ ਦੁੱਖ ਝੱਲਿਆ ਤੇ ਪੈਦਾ ਹੋਇਆ ਦੁੱਖ ਤੋਂ ਬਿਨਾਂ ਤੂੰ ਦੁਨੀਆ ਕਿੱਦਾਂ ਵੇਖਦਾ ਫੇਰ ਬਹਿ ਗਿਆ ਬੇੜਾ ਪੁਜਾਰੀ ਦਾ ਕਿ ਤੂੰ ਦੁੱਖ ਨਹੀਂ ਆਉਣਾ ਚਾਹੀਦਾ ਤੇਰੇ ਤੇ ਇਹ ਕਹਿੰਦਾ ਦੁੱਖ ਨਹੀਂ ਆਉਣਾ ਚਾਹੀਦਾ ਦੁੱਖ ਤੇ ਚੱਲਣਾ ਸਾਨੂੰ ਸਮਝਾ ਇਹ ਮੈਂ ਪੁਜਾਰੀ ਦਾ ਅਰਥ ਇਹ ਕਹਿ ਰਿਹਾ ਪੁਜਾਰੀ ਬੋਧੀ ਵਾਲਾ ਵੀ ਹੋ ਸਕਦਾ ਹੈ ਧੋਤੀ ਵਾਲਾ ਵੀ ਹੋ ਸਕਦਾ ਹੈ ਮੁਸਲਮਾਨਾਂ ਵਿੱਚ ਟੋਪੀ ਵਾਲਾ ਵੀ ਹੋ ਸਕਦਾ ਹੈ ਸਾਡੇ ਵਿੱਚ ਦਾੜੀ ਪੱਗਾਂ ਵਾਲਾ ਵੀ ਹੋ ਸਕਦਾ ਹੈ ਜਿਹਨੂੰ ਮਤਲਬ ਸਿਰਫ ਤੇ ਸਿਰਫ ਗੋਲਕ ਤੱਕ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਲੋਕ ਗਿਆਨ ਲੈਣ ਇਸ ਗੱਲ ਵਿੱਚ ਇੰਟਰਸਟਡ ਨਹੀਂ ਉਹਦਾ ਇੰਟਰਸਟ ਹੈ ਕਿ ਤੇਰੀ ਜੇਬ 'ਚੋਂ ਪੈਸੇ ਪੈਣ ਤੇ ਸਾਡੀਆਂ ਜੇਬਾਂ 'ਚ ਆਉਣ ਆਖੋ ਸਤਨਾਮ ਉਹ ਇਹ ਨਹੀਂ ਚਾਹੁੰਦਾ ਵੀ ਤੈਨੂੰ ਅਕਲ ਆਵੇ ਸਮਝ ਆਵੇ ਉਹ ਦੁੱਖ ਨੂੰ ਭੰਡਦਾ ਹੈ ਪਰ ਮਰਜ ਕਹਿੰਦੇ ਨੇ ਦੁੱਖ ਤੇ ਦਾਰੂ ਹੁੰਦਾ ਹੈ ਦੁੱਖ ਦਾਰੂ ਸੁੱਖ ਰੋਗ ਪਿਆ